ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਅੱਜ ਅਸੀਂ ਫਿਰੋਜ਼ਪੁਰ ਦੇ ਉਹਨਾਂ ਪਿੰਡਾਂ 'ਚ ਪਹੁੰਚੇ ਹਾਂ ਜਿਹਨੂੰ ਪਾਕਿਸਤਾਨ ਦਾ ਹਿੱਸਾ ਮੰਨਿਆ ਜਾਂਦਾ, ਜਿੱਥੇ ਪਾਣੀ ਛੱਡਣ ਤੋਂ ਪਹਿਲਾਂ ਕੋਈ ਦੱਸਿਆ ਨਹੀਂ ਜਾਂਦਾ। ਤੇ ਇਸ ਇਲਾਕੇ 'ਚ ਵੱਡੀ ਕਿੱਲਤ ਜਿਹੜੀ ਇਸ ਸਮੇਂ ਆ ਰਹੀ ਉਹ ਪਸ਼ੂਆਂ ਦੇ ਚਾਰੇ ਦੀ ਆ ਰਹੀ ਆ। ਆਪਾਂ ਜਿੰਨੇ ਕੁ ਇੱਥੇ ਪਿੰਡਾਂ ਦੇ ਵਿੱਚ ਪਹੁੰਚ ਕੇ ਗੱਲ ਕੀਤੀ ਆ ਫਤਿਹਗੜ੍ਹ ਸਭਰਾਵਾਂ ਤੋਂ, ਅਗਲਾ ਇਲਾਕਾ ਜਿੰਨਾ ਵੀ ਪੈਂਦਾ ਆ, ਮੈਂ ਕੁਛ ਪਿੰਡਾਂ ਦੇ ਨਾਮ ਜਿੰਨਾ ਵਿੱਚ ਇਹ ਹੋ ਗਏ ਆ, ਬੰਡਾਲਾ ਵਾ, ਹਮਦਵਾਲਾ, ਇੱਥੇ ਤੱਲੀ ਕਲਾਮ ਆ, ਧੀਰਾ ਘਰ ਆ, ਤੇ ਤੱਲੀ ਗੁਲਾਮ ਕਾਲੇ ਕੇ, ਹਥਾੜ, ਜੱਲੋ ਕੇ, ਇਹ ਪਿੰਡ ਨੇ ਜਿੱਥੇ ਪਾਣੀ ਜਿਹੜਾ ਆ ਬੇਹਿਸਾਬਾ ਆ। ਅੱਜ ਥੋੜਾ ਪਾਣੀ ਉਤਰਿਆ ਤੇ ਇਹਨਾਂ ਪਿੰਡਾਂ 'ਚ ਆ ਸਕੇ, ਹਜੇ ਵੀ ਕਈ ਪਿੰਡ ਇਹੋ ਜਿਹੇ ਨੇ ਜਿੱਥੇ ਨਹੀਂ ਜਾਇਆ ਜਾ ਸਕਦਾ। ਤੇ ਇੱਥੇ ਕਿਸਾਨਾਂ ਦਾ ਇਹ ਕਹਿਣਾ ਆ ਕਿ ਉਹਨਾਂ ਦੇ ਕੁੱਪ ਤੂੜੀ ਦੇ ਰੁੜ ਚੁੱਕੇ ਆ, ਧੜਾਂ ਜਿਹੜੀਆਂ ਉਹ ਗਲ ਚੁੱਕੀਆਂ ਆ, ਘਰਾਂ 'ਚ ਲਾਈ ਜਿਹੜੀ ਤੂੜੀ ਆ ਉਹ ਵੀ ਪਾਣੀ ਨਾਲ ਖਰਾਬ ਹੋ ਗਈ ਆ, ਤੇ ਪੱਠੇ ਖੇਤਾਂ ਦੇ ਵਿੱਚ ਜਿਹੜੇ ਜੇ ਕੋਈ ਵੱਢਣ ਦੀ ਕੋਸ਼ਿਸ਼ ਕਰਦਾ ਆ, ਪਿੱਛੋਂ ਇੰਡਸਟਰੀ ਦਾ ਪਾਣੀ ਆ ਰਿਹਾ, ਸਕਿਨ ਦੀ ਪ੍ਰੋਬਲਮ ਆ ਰਹੀ, ਉਹ ਜ਼ਹਿਰੀਲੇ ਹੋ ਚੁੱਕੇ, ਪਸ਼ੂਆਂ ਨੂੰ ਪਾ ਨਹੀਂ ਸਕਦੇ। ਤਾਂ ਇੱਥੇ ਜਿਹੜੀ ਖਾਸ ਆਪਣੇ ਵੀਰਾਂ ਨੂੰ ਜੋ ਇੱਥੇ ਸੇਵਾ ਕਰਨੀ ਚਾਹੁੰਦੇ ਆ ਉਹਨਾਂ ਨੂੰ ਧਿਆਨ ਦੇਣ ਦੀ ਲੋੜ ਇਹ ਆ ਕਿ ਬੰਦਿਆਂ ਦਾ ਰਾਸ਼ਨ ਪਾਣੀ ਪਹੁੰਚ ਰਿਹਾ ਆ, ਜਿਹੜੇ ਬਜ਼ੁਰਗ ਆ ਉਹਨਾਂ ਨੂੰ ਇਹਨਾਂ ਨੇ ਲੋਕਾਂ ਨੇ ਆਪ ਹੀਲਾ ਵਰਤ ਕੇ ਪ੍ਰਸ਼ਾਸਨ ਨੂੰ ਹਾਲਾ ਕੋਈ ਮਦਦ ਨਹੀਂ ਆਈ, ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਤਾ, ਤੇ ਹੁਣ ਉਹ ਜੀ ਜਿਹੜੇ ਕੰਮ ਕਰਨ ਯੋਗ ਆ, ਨੌਜਵਾਨ ਆ ਜਿਹੜੇ ਇੱਥੇ ਸਾਂਭ ਸਕਦੇ ਆ। ਪਿੱਛੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਇਹ ਇਲਾਕਾ ਖਾਲੀ ਕਰ ਦਿਓ, ਪਰ ਇਹ ਖਾਲੀ ਕਰ ਨਹੀਂ ਸਕਦੇ ਕਿਉਂਕਿ ਇੱਥੇ ਚੋਰ ਪੂਰੇ ਸਰਗਰਮ ਨੇ, ਆਮ ਲੋਕਾਂ ਕੋਲ ਕਿਸ਼ਤੀਆਂ ਨਹੀਂ ਪਰ ਚੋਰਾਂ ਕੋਲ ਕਿਸ਼ਤੀਆਂ ਇੱਥੇ ਹੈਗੀਆਂ ਨੇ, ਇਹ ਪਿੰਡਾਂ 'ਚ ਬੈਠੇ ਆ, ਇਹਨਾਂ ਦੇ ਪਸ਼ੂ ਇੱਥੇ ਚਾਰੇ ਲਈ ਤਰਸ ਰਹੇ ਆ। ਇਸ ਇਲਾਕੇ ਦੇ ਵਿੱਚ ਅੱਗੇ ਵੀ ਫਸਲ ਮਾਰੀ ਹੁੰਦੀ ਹੈ, ਇਸ ਲਈ ਲੋਕ ਪਸ਼ੂ ਪਾਲਣ ਦੇ ਕਿੱਤੇ ਤੇ ਨਿਰਭਰ ਨੇ। ਜੇ ਅਸੀਂ ਸੱਚਿਓਂ ਕੋਈ ਮਦਦ ਕਰਨੀ ਚਾਹੁੰਦੇ ਹਾਂ, ਸੇਵਾ ਕਰਨੀ ਚਾਹੁੰਦੇ ਹਾਂ, ਤਾਂ ਇਸ ਇਲਾਕੇ ਦੇ ਵਿੱਚ ਜਿਹੜਾ ਆ ਉਹ ਚਾਰਾ ਪਹੁੰਚਾਉਣ ਦੀ ਜਿਹੜੀ ਆ ਸੇਵਾ ਕਰਨੀ ਚਾਹੀਦੀ ਆ। ਤਾਂ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਇਹ ਹੁਣ ਉਦਮ ਕੀਤਾ ਜਾਊਗਾ ਕਿ ਇੱਥੇ ਚਾਹੇ ਉਹ ਤੂੜੀ ਆ ਚਾਹੇ ਉਹ ਅਚਾਰ ਆ, ਕਿਉਂਕਿ ਹਰਾ ਇੰਨੀ ਵੱਡੀ ਮਾਤਰਾ ਦੇ ਵਿੱਚ ਹਰਾ ਪੱਠਾ ਲਿਆਉਣਾ ਸੰਭਵ ਨਹੀਂ ਆ। ਤਾਂ ਇਹਦੇ ਵਿੱਚ ਜੋ ਵੀ ਵੀਰ ਮਦਦ ਕਰਨੀ ਚਾਹੁੰਦੇ ਆ ਉਹ ਜਥੇਬੰਦੀ ਨਾਲ ਸੰਪਰਕ ਕਰਕੇ ਜਿਹੜੇ ਆ ਉਹ ਕਰ ਸਕਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।